ਪਵਿੱਤਰ ਸੀਟਾਂ ਜਿਹੜੀਆਂ ਉਹ ਸਾਰੀਆਂ ਸੀਟਾਂ ਜਿਹੜੀਆਂ ਉਹ ਬੀਐਸਪੀ ਨੂੰ ਦਿੱਤੀਆਂ। ਜੇ ਕੋਈ ਦੋ ਪਾਰਟੀਆਂ ਉਹਨਾਂ ਦਾ ਮੇਲ ਹੋਇਆ, ਸਭ ਤੋਂ ਵੱਧ ਸੀਬੀਆਈ ਦੇ ਸਭ ਤੋਂ ਵੱਧ ਕੇਸ ਨੇ ਤੇ ਉਹ ਭੈਣ ਸਾਡੀ ਮਾਇਆਵਤੀ ਤੇ ਆ, ਤੇ ਜੇ ਸਭ ਤੋਂ ਵੱਧ ਕੇਸ ਨੇ ਬੇਅਦਬੀ ਦੇ ਨਸ਼ੇ ਦੇ ਤੇ ਉਹ ਅਕਾਲੀ ਦਲ ਦੇ ਨੇ। ਤੇ ਇਸ ਕਰਕੇ ਇਹ ਬੜਾ ਇੱਕ ਇਹਨੂੰ ਕਹਿ ਸਕਦੇ ਹਾਂ ਬੜਾ ਜਿਵੇਂ ਕਹਿੰਦੇ ਨਾ ਕੋਈ ਪਵਿੱਤਰ ਅਲਾਇੰਸ ਹੋਲੀ ਅਲਾਇੰਸ ਹੁੰਦਾ, ਇਹ ਸਭ ਤੋਂ ਜੇ ਸਮਝੀਏ ਕੋਈ ਪਾਪਲਾ ਤੇ ਸਭ ਤੋਂ ਮਾੜਾ ਅਲਾਇੰਸ ਹੋਇਆ ਤੇ ਇਹ ਦੇਸ਼ ਦੇ ਵਿੱਚ ਹੋਇਆ। ਸ਼੍ਰੋਮਣੀ ਅਕਾਲੀ ਦਲ ਵੱਲੋਂ ਬਹੁਜਨ ਸਮਾਜ ਪਾਰਟੀ ਦੇ ਨਾਲ ਗੱਠਜੋੜ ਕਰਨ ਤੋਂ ਬਾਅਦ ਕਾਂਗਰਸ ਦੇ MP ਰਵਨੀਤ ਸਿੰਘ ਬਿੱਟੂ ਨੇ 12 ਜੂਨ ਨੂੰ ਸੋਸ਼ਲ ਮੀਡੀਆ ਤੇ ਇਹ ਪੋਸਟ ਪਾਈ। ਉਹਨਾਂ ਦੇ ਇਸ ਬਿਆਨ ਤੋਂ ਬਾਅਦ ਪੰਜਾਬ ਦੀ ਸਿਆਸਤ ਗਰਮਾ ਗਈ ਹੈ। ਇਸ ਪੋਸਟ ਦੇ ਵਿੱਚ ਰਵਨੀਤ ਬਿੱਟੂ ਨੇ ਕਿਹਾ ਕਿ ਅਕਾਲੀ ਦਲ ਖੁਦ ਨੂੰ ਪੰਥਕ ਪਾਰਟੀ ਕਹਿੰਦੀ ਹੈ, ਪਰ ਗੱਠਜੋੜ ਤੋਂ ਬਾਅਦ ਪੰਜਾਬ ਦੀਆਂ ਸਾਰੀਆਂ ਪਵਿੱਤਰ ਸੀਟਾਂ BSP ਨੂੰ ਦੇ ਦਿੱਤੀਆਂ। ਇਹ ਕਹਿੰਦੇ ਅਸੀਂ ਪੰਥਕ ਅਸੀਂ ਜਿਹੜੇ ਆ ਪਾਰਟੀ ਆ, ਸਭ ਤੋਂ ਪਵਿੱਤਰ ਧਰਤੀ ਤਖ਼ਤ ਸਾਡਾ ਸ਼੍ਰੀ ਅਨੰਦਪੁਰ ਸਾਹਿਬ, ਉਹ ਸੀਟ ਆ ਜਿਹੜੀ ਉਹ ਵੀ ਅਨੰਦਪੁਰ ਸਾਹਿਬ ਪਾਰਲੀਮੈਂਟ ਹਲਕੇ ਚੰਦੂ ਮਾਜਰਾ ਦੀ ਆਉਂਦੀ ਸੀ, ਉਹ ਸੀਟ ਆ ਜਿਹੜੀ ਉਹ ਵੀ BSP ਨੂੰ ਦੇਤੀ। ਫਿਰ ਸਾਡੀ ਪਵਿੱਤਰ ਧਰਤੀ ਸਾਹਿਬਜ਼ਾਦਿਆਂ ਦੀ ਚਮਕੌਰ ਸਾਹਿਬ, ਉਹ ਵੀ ਅਨੰਦਪੁਰ ਸਾਹਿਬ ਸੀਟ 'ਚ ਆਉਂਦੀ ਚੰਦੂ ਮਾਜਰਾ ਜੀ ਦੇ, ਉਹ ਚਮਕੌਰ ਸਾਹਿਬ ਸੀਟ ਆ ਜਿਹੜੀ ਉਹ ਵੀ ਦੇਤੀ। ਪਵਿੱਤਰ ਸੀਟਾਂ ਜਿਹੜੀਆਂ ਉਹ ਸਾਰੀਆਂ ਸੀਟਾਂ ਜਿਹੜੀਆਂ ਉਹ BSP ਨੂੰ ਦੇਤੀਆਂ। ਅਤੇ ਦੂਜੀ ਗੱਲ ਯਾਰ, ਤੁਸੀਂ ਐਡੇ ਤੁਸੀਂ ਗੁੰਮਰਾਹ ਕਰਦੇ ਹੋ, ਮਤਲਬ ਜੇ ਤੁਸੀਂ ਸੋਚਦੇ ਹੋ ਵੀ BJP ਨਾਲ ਸਮਝੌਤਾ ਕਰ ਲਿਆ ਅਸੀਂ ਪੰਥਕ ਸਿੱਖ ਅਤੇ BJP ਨਾਲ ਹਿੰਦੂ ਵੋਟਾਂ ਲੈ ਲਾਂਗੇ, ਚਲੋ ਹੁਣ ਉਹ ਗਈਆਂ, ਹੁਣ BSP ਨਾਲ ਅਸੀਂ SC ਵੋਟਾਂ ਲੈ ਲਾਂਗੇ, ਕੋਈ ਐਨ ਲੋਕ ਪੰਜਾਬ ਦੇ ਤੁਸੀਂ ਕੀ ਸਮਝਦੇ ਹੋ ਲੋਕਾਂ ਨੂੰ। ਇਸ ਤੋਂ ਬਾਅਦ ਨੈਸ਼ਨਲ ਸ਼ੈਡਿਊਲਡ ਕਾਸਟ ਸ਼ੈਡਿਊਲਡ ਕਬੀਲਾ ਕਮਿਸ਼ਨ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਪੱਤਰ ਲਿਖਿਆ। ਉਹਨਾਂ ਲਿਖਿਆ, ਕਾਂਗਰਸ MP ਰਵਨੀਤ ਸਿੰਘ ਬਿੱਟੂ ਨੇ ਇੱਕ ਬਹੁਤ ਹੀ ਇਤਰਾਜ਼ਯੋਗ ਬਿਆਨ ਦਿੱਤਾ। ਬਿਆਨ ਦੇ ਵਿੱਚ ਅਕਾਲੀ ਦਲ ਵੱਲੋਂ ਬਹੁਜਨ ਸਮਾਜ ਪਾਰਟੀ ਦੇ ਨਾਲ ਕੀਤੇ ਗਏ ਚੁਣਾਵੀ ਗੱਠਜੋੜ ਅਨੁਸਾਰ ਸ਼੍ਰੀ ਅਨੰਦਪੁਰ ਸਾਹਿਬ ਅਤੇ ਸ਼੍ਰੀ ਚਮਕੌਰ ਸਾਹਿਬ ਵਿਧਾਨ ਸਭਾ ਹਲਕੇ ਬਹੁਜਨ ਸਮਾਜ ਪਾਰਟੀ ਨੂੰ ਦੇਣ ਦਾ ਫੈਸਲਾ ਕੀਤਾ। ਉਹਨਾਂ ਕਿਹਾ ਕਿ ਬਿੱਟੂ ਨੇ ਕਿਹਾ ਹੈ ਕਿ ਇਹ ਅਤਿ ਪਵਿੱਤਰ ਸਥਾਨਾਂ ਦੀਆਂ ਸੀਟਾਂ ਦਲਿਤਾਂ ਨੂੰ ਦੇ ਕੇ ਅਕਾਲੀ ਦਲ ਨੇ ਬਹੁਤ ਗਲਤ ਫੈਸਲਾ ਲਿਆ। ਉਹਨਾਂ ਚਿੱਠੀ ਦੇ ਵਿੱਚ ਲਿਖਿਆ ਕਿ ਬਿੱਟੂ ਨੇ ਦਲਿਤ ਸਮਾਜ ਨੂੰ ਬਹੁਤ ਨੀਵਾਂ ਕਹਿ ਕੇ ਮਨੁੱਖੀ ਅਧਿਕਾਰਾਂ ਦਾ ਸਨਮਾਨ ਕਰਨ ਵਾਲੇ ਲੋਕਾਂ ਦੇ ਮਨਾਂ ਨੂੰ ਠੇਸ ਪਹੁੰਚਾਈ ਹੈ। ਉਹਨਾਂ ਮੰਗ ਕੀਤੀ ਹੈ ਕਿ ਰਵਨੀਤ ਸਿੰਘ ਬਿੱਟੂ ਵਿਰੁੱਧ FIR ਦਰਜ ਕੀਤੀ ਜਾਵੇ ਅਤੇ ਬਣਦੀ ਕਾਰਵਾਈ ਕੀਤੀ ਜਾਵੇ। ਇਸ ਤੋਂ ਬਾਅਦ ਅਕਾਲੀ ਦਲ ਦੇ ਵਫਦ ਨੇ ਪੰਜਾਬ SC ਕਮਿਸ਼ਨ ਦੇ ਚੇਅਰਮੈਨ ਦੇ ਨਾਲ ਮੁਲਾਕਾਤ ਕੀਤੀ। ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਵਫਦ ਨੇ ਕਿਹਾ ਕਿ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਅਕਾਲੀ ਦਲ ਨੇ ਪਵਿੱਤਰ ਸੀਟਾਂ BSP ਨੂੰ ਦੇ ਦਿੱਤੀਆਂ। ਉਹਨਾਂ ਕਿਹਾ ਕਿ ਇਸ ਦਾ ਮਤਲਬ ਹੈ ਕਿ ਉਹਨਾਂ ਦਾ ਕਹਿਣਾ ਹੈ ਕਿ ਪਵਿੱਤਰ ਸੀਟਾਂ ਅਪਵਿੱਤਰ ਲੋਕਾਂ ਨੂੰ ਦੇ ਦਿੱਤੀਆਂ। ਉਹਨਾਂ ਕਿਹਾ ਕਿ ਬਿੱਟੂ ਦੀ ਮਾਨਸਿਕਤਾ ਦੇ ਨਾਲ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਅਤੇ ਅਸੀਂ ਹੁਣ SC ਕਮਿਸ਼ਨ ਦੇ ਨਾਲ ਗੱਲਬਾਤ ਕੀਤੀ ਹੈ। ਉਹਨਾਂ ਵਿਸ਼ਵਾਸ ਦਿੱਤਾ ਹੈ ਕਿ ਉਹ ਇਸ ਮਾਮਲੇ ਦੀ ਘੋਖ ਕਰਕੇ ਬਣਦੀ ਕਾਰਵਾਈ ਕਰਨਗੇ। ਇੰਨਾ ਹੀ ਨਹੀਂ, ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਵੀ ਟਵੀਟ ਕਰਦਿਆਂ ਕਿਹਾ ਹੈ ਕਿ ਪੰਜਾਬ ਕਾਂਗਰਸ ਜਿੱਥੇ ਆਪਸੀ ਕਾਟੋ ਕਲੇਸ਼ ਦੇ ਵਿੱਚ ਫਸੀ ਹੋਈ ਹੈ, ਰਵਨੀਤ ਬਿੱਟੂ ਨੇ ਪਾਰਟੀ ਦੇ ਵਿਰਾਸਤੀ ਐਂਟੀ ਦਲਿਤ ਪੱਖਪਾਤ ਨੂੰ ਸਾਹਮਣੇ ਲਿਆਂਦਾ ਹੈ। ਉਹਨਾਂ ਦਾ ਇਹ ਬਿਆਨ ਸਮਾਜ ਦੇ ਵੱਡੇ ਭਾਈਚਾਰੇ ਦੀ ਬੇਇੱਜ਼ਤੀ ਵਾਂਗ ਹੈ। ਉਹਨਾਂ ਕਿਹਾ ਕਿ ਇਹ ਸੰਵਿਧਾਨ ਅਤੇ ਗੁਰੂਆਂ ਦੀ ਸਿੱਖਿਆਵਾਂ ਦੇ ਉਲਟ ਹੈ, ਇਹ ਕਾਂਗਰਸ ਦੇ ਇਤਿਹਾਸ ਦਾ ਸ਼ਰਮਿੰਦਾ ਕਰਨ ਵਾਲਾ ਚੈਪਟਰ ਹੈ। ਇਸ ਤੋਂ ਬਾਅਦ ਰਵਨੀਤ ਸਿੰਘ ਬਿੱਟੂ ਨੇ ਇੱਕ ਵੀਡੀਓ ਜਾਰੀ ਕਰਕੇ ਬਿਆਨ 'ਤੇ ਸਫਾਈ ਦਿੱਤੀ ਹੈ।
ਉਹਨਾਂ ਕਿਹਾ ਕਿ ਮੈਂ ਕਿਹਾ ਸੀ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਕਰਕੇ ਅਕਾਲੀ ਦਲ ਨੇ ਧਾਰਮਿਕ ਸੀਟਾਂ ਛੱਡ ਦਿੱਤੀਆਂ ਨੇ। ਮੈਂ ਗੱਲ ਇਹ ਕਹੀ ਸੀ ਵੀ ਪੰਥਕ ਪਾਰਟੀ ਹੋਣ ਨਾਤੇ ਅੱਜ ਹਾਲਾਤ ਇਹ ਆ ਗਏ ਵੀ ਉਹ ਪੰਥਕ ਸੀਟਾਂ ਜਿਹੜੀਆਂ ਨੇ, ਚਾਹੇ ਉਹ ਅਨੰਦਪੁਰ ਸ੍ਰੀ ਅਨੰਦਪੁਰ ਸਾਹਿਬ ਹੋਵੇ, ਚਾਹੇ ਉਹ ਸ੍ਰੀ ਕਰਤਾਰਪੁਰ ਸਾਹਿਬ ਹੋਵੇ, ਚਾਹੇ ਉਹ ਆਪਣੀ ਮੋਹਾਲੀ ਦੀ ਗੱਲ ਕਰੀਏ, ਚਾਹੇ ਆਪਣੀ ਸ੍ਰੀ ਚਮਕੌਰ ਸਾਹਿਬ ਦੀ ਗੱਲ ਕਰੀਏ, ਇਹ ਸੀਟਾਂ ਜਿਹੜੀਆਂ ਉਹ ਕਿਉਂ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਆ, ਛੱਡ ਕੇ ਭੱਜ ਗਏ। ਕਈਆਂ ਨੇ ਇਹ ਕੀ ਗੱਲ ਜੋੜੀ ਆ ਵੀ ਐਸਸੀ ਨਾਲ, ਐਸਸੀ ਵਰਗ ਨਾਲ ਗੱਲ ਜੋੜੀ। ਇਹ ਐਸਸੀ ਮਤਲਬ ਬੀਐਸਪੀ ਹੋ ਗਈ, ਮੈਨੂੰ ਇਹ ਕੋਈ ਸਮਝਾਵੇ, ਐਸਸੀ ਵਰਗ ਮਤਲਬ ਬੀਐਸਪੀ ਹੋ ਗਈ, ਇਹਦੇ ਨਾਲ ਕਿਵੇਂ ਇਹ ਜੋੜਤੀ ਤੁਸੀਂ ਗੱਲ?